ਬੇਟੀ ਬਚਾਓ ਬੇਟੀ ਪੜਾਓ ਜਿਹੜਾ ਪ੍ਰੋਗਰਾਮ ਹੈ ਭਾਰਤ ਸਰਕਾਰ ਦਾ, ਇਹਦੇ ਤਹਿਤ 21 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਨੈਸ਼ਨਲ ਗਰਲਡ ਚਾਈਲਡ ਵੀਕ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ। ਇਹਦਾ ਮੰਤਵ ਇਹ ਹੈ ਕਿ ਆਪਾਂ ਗਰਲ ਚਾਈਲਡ ਨੂੰ, ਔਰਤ ਨੂੰ ਕਿਵੇਂ ਐਮਪਾਵਰ ਕਰਨਾ ਹੈ, ਕਿੱਦਾਂ ਹੈਲਥ ਔਰ ਨਿਊਟ੍ਰੀਸ਼ਨ ਦਾ ਧਿਆਨ ਰੱਖਣਾ ਹੈ, ਔਰ ਕਿੱਦਾਂ ਐਜੂਕੇਟ ਕਰਕੇ ਉਹਨੂੰ ਇੰਨਾ ਉਹਦਾ ਸਸ਼ਕਤੀਕਰਨ ਕਰਨਾ ਹੈ ਕਿ ਉਹ ਔਰਤ ਜਿਹੜੀ ਹੈ ਉਹ ਜਦੋਂ ਆਪਣੀ ਜ਼ਿੰਦਗੀ ਦੇ ਮਤਲਬ ਸਮਾਜ ਵਿੱਚ ਆ ਕੇ ਇੱਕ ਕਦਮ ਰੱਖਦੀ ਹੈ ਕਿਸੇ ਵੀ ਸੂਰਤ ਵਿੱਚ, ਭਾਵਾਂ ਉਹ ਇੱਕ ਡਾਕਟਰ ਦੇ ਰੂਪ ਵਿੱਚ, ਭਾਵਾਂ ਉਹ ਇੱਕ ਟੀਚਰ ਦੇ ਰੂਪ ਵਿੱਚ, ਭਾਵਾਂ ਉਹ ਇੱਕ ਹੋਮ ਮੇਕਰ ਦੇ ਰੂਪ ਵਿੱਚ, ਅਤੇ ਉਹ ਆਪਣੇ ਆਪ ਨੂੰ ਵੀ ਸੰਭਾਲੇ ਔਰ ਆਪਣੀ ਫੈਮਿਲੀ ਨੂੰ ਵੀ ਸੰਭਾਲ ਸਕੇ, ਠੀਕ ਹੈ ਨਾ, ਔਰ ਇੱਕ ਸਟਰੋਂਗ ਮੈਸੇਜ ਦੇਵੇ ਸੋਸਾਇਟੀ ਨੂੰ ਕਿ ਉਹ ਮਰਦ ਆਪਣੇ ਆਪ ਨੂੰ ਜਿੰਨਾ ਜਿਹੜਾ ਉਹ ਸਟਰੋਂਗ ਸਮਝਦਾ ਹੈ ਉਨੀ ਹੀ ਕਾਬਲ ਔਰ ਉਨੀ ਹੀ ਸਟਰੋਂਗ ਜਿਹੜੀ ਹੈ ਔਰਤ ਹੈ। ਸੋ ਔਰਤ ਦੇ ਹੈਲਥ ਔਰ ਹਾਈਜੀਨ ਨੂੰ ਲੈ ਕੇ ਆਪਾਂ ਨੂੰ ਬਹੁਤ ਅਵੇਅਰਨੈਸ ਲਿਆਉਣੀ ਪਏਗੀ, ਔਰਤ ਨੂੰ ਸਪੋਰਟ ਕਰਨਾ ਪਏਗਾ, ਔਰਤ ਨੂੰ ਐਜੂਕੇਟ ਕਰਨਾ ਪਏਗਾ। ਔਰਤ ਦੇ ਨਾਲ ਨਾਲ ਸਭ ਤੋਂ ਵੱਡੀ ਐਜੂਕੇਸ਼ਨ ਜਿਹੜੀ ਹੈਗੀ ਹੈ ਉਹ ਮਰਦ ਨੂੰ ਕਰਨ ਦੀ ਲੋੜ ਹੈ, ਜਿਹੜਾ ਕਿ ਹਰ ਵੇਲੇ ਇਸੇ ਹੀ ਤਾਕ 'ਚ ਰਹਿੰਦਾ ਹੈ ਕਿ ਅੱਗੇ ਉਹਦੀ ਜੇ ਉਹਦੀਆਂ ਨਸਲਾਂ ਅਗਰ ਚੱਲਣ ਤਾਂ ਬੇਟਾ ਹੀ ਹੋਵੇ, ਕਿਉਂ ਬੇਟੀ ਕਿਉਂ ਨਾ ਹੋਵੇ। ਅੱਜ ਆਪਾਂ ਜੇ ਯੂਨੀਵਰਸਿਟੀਆਂ 'ਚ ਜਾ ਕੇ ਦੇਖਦੇ ਹੈਗੇ ਤਾਂ ਉੱਥੇ ਫੀਮੇਲ ਪਰਸੈਂਟੇਜ ਜਿਹੜੀ ਸਟੂਡੈਂਟਸ ਦੀ ਉਹ ਜ਼ਿਆਦਾ ਹੈ ਮੇਲ ਨਾਲ, ਇਹਦਾ ਮਤਲਬ ਔਰਤ ਜਿਹੜੀ ਹੈਗੀ ਹੈ ਉਹ ਬਿਹਤਰ ਕਰ ਰਹੀ ਹੈ, ਉਹ ਆਪਣੇ ਮਨਸੂਬਿਆਂ ਬਾਰੇ ਉਹਨੂੰ ਔਰਤ ਨੂੰ ਕਲੈਰਿਟੀ ਹੈ, ਉਹ ਆਪਣੇ ਮਨਸੂਬਿਆਂ ਬਾਰੇ ਉਹ ਪੈਸ਼ਨੇਟ ਹੈ, ਉਹ ਸੀਰੀਅਸ ਹੈ, ਉਹ ਹਾਰਡ ਵਰਕਿੰਗ ਹੈ। ਸੋ ਇਹ ਔਰ ਕਿਉਂ ਨਾ ਉਹਨੂੰ ਫਿਰ ਇੱਕ ਪਲੈਟਫਾਰਮ ਦਿੱਤਾ ਜਾਵੇ। ਸੋ ਬੇਟੀ ਬਚਾਓ ਬੇਟੀ ਪੜਾਓ ਦਾ ਜਿਹੜਾ ਮੇਨ ਮਕਸਦ ਇਹੀ ਹੈ ਕਿ ਇੱਕ ਸੈਕਸ ਰੇਸ਼ੋ ਜਿਹੜਾ ਹੈ ਇੰਪਰੂਵ ਕੀਤਾ ਜਾਵੇ, 100% ਇਨਰੋਲਮੈਂਟ ਹੋਵੇ ਸਕੂਲਾਂ 'ਚ ਗਰਲ ਚਾਈਲਡ ਦੀ, ਔਰ 100% ਜਿਹੜੀ ਹੈ ਉਹ ਐਂਟੀਨੈਟਲ ਕੇਅਰ ਹੋਵੇ ਵੈਨ ਅ ਲੇਡੀ ਇਜ਼ ਇਨ ਪ੍ਰੈਗਨੈਂਸੀ। ਸੋ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਹੈਗੀਆਂ ਉਹ ਸਟਰੋਂਗ ਹੋਣ, ਆਪਣਾ ਜੇ ਆਉਣ ਵਾਲੀਆਂ ਨਸਲਾਂ ਸਟਰੋਂਗ ਹੋਣਗੀਆਂ ਤਾਂ ਹੀ ਆਪਣਾ ਜਿਹੜਾ ਦੇਸ਼ ਹੈਗਾ ਉਹ ਇੱਕ ਸਟਰੋਂਗ ਜਿਹੜੀ ਜਨਰੇਸ਼ਨ ਦੇ ਸਕੇਗਾ। ਸ਼ਾਇਦ ਸਰ ਕਈ ਏਰੀਏ ਵੀ ਹੈਗੇ ਆ, ਕਈ ਸਲਮ ਬਸਤੀਆਂ ਹੈਗੀਆਂ ਜਿੱਥੇ ਲੜਕੀਆਂ ਹੈਗੀਆਂ ਪਰ ਉਹ ਪੜ੍ਹਾਈ ਦੇ ਜਿਹੜੀ ਹੈਗੀ ਆ ਨਹੀਂ ਹੋ ਪਾ ਰਹੀ ਉਹਨਾਂ ਨੂੰ ਅਵੇਅਰ ਕਰਨ। ਇਹ ਬਿਲਕੁਲ ਸਾਡੇ ਧਿਆਨ ਵਿੱਚ ਹੈ ਕਿ ਕੁਛ ਸਲਮ ਏਰੀਆਜ਼, ਕੁਛ ਬਸਤੀਆਂ ਜਿਹੜੀਆਂ ਹੈਗੀਆਂ ਉੱਥੇ ਇੰਨੀ ਅਵੇਅਰਨੈਸ ਨਹੀਂ ਹੈ ਪੇਰੈਂਟਸ ਨੂੰ, ਔਰ ਉਹ ਪੇਰੈਂਟਸ ਜਿਹੜੇ ਹੈਗੇ ਉਹ ਪੁਰਾਣੀ ਹੀ ਸੋਚ ਨਾਲ ਚੱਲ ਰਹੇ ਹੈਗੇ ਕਿ ਬੇਟੀਆਂ ਨੂੰ ਬੱਚੀਆਂ ਨੂੰ ਪੜ੍ਹਾ ਕੇ ਕੀ ਕਰਨਾ ਹੈ। ਸੋ ਸਾਡਾ ਟਾਰਗੇਟ, ਉਹ ਵੀ ਸਾਡਾ ਟਾਰਗੇਟ ਨੇ, ਉਹਨਾਂ ਨੂੰ ਅਸੀਂ ਕਵਰ ਕਰਾਂਗੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਦਾ ਮੈਂਡੇਟ ਜਿਹੜਾ ਹੈਗਾ ਉਹ 100% ਇਨਰੋਲਮੈਂਟ ਇਨ ਸਕੂਲਸ ਹੈ। ਸੋ ਸਾਡੀ ਇਹੀ ਪੂਰੀ ਕੋਸ਼ਿਸ਼ ਹੋਏਗੀ ਵੀ ਅਸੀਂ ਇਹਨੂੰ ਟਾਰਗੇਟ ਕਰਕੇ ਤਾਂ 100% ਇਹਨਾਂ ਨੂੰ ਕਵਰ ਕਰੀਏ, ਸਾਰਿਆਂ ਨੂੰ ਸਕੂਲ 'ਚ ਲੈ ਕੇ ਆਈਏ। ਇਹਦੇ ਲਈ ਜੀ ਜਿਹੜਾ 31 ਮਾਰਚ ਤੱਕ ਇਸ ਫਾਈਨੈਂਸ਼ੀਅਲ ਈਅਰ ਤੱਕ 25 ਲੱਖ ਰੁਪਏ ਦਾ ਬਜਟ ਹੈਗਾ, ਜਿਹੜਾ ਨੈਸ਼ਨਲ ਜਿਹੜਾ ਵੀਕ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਗਰਲ ਚਾਈਲਡ ਵੀਕ, ਉਹਦੇ 'ਤੇ ਅਸੀਂ ਜਿਹੜੇ ਪਲਾਨਸ ਬਣਾਏ ਹੈਗੇ ਉਹਦਾ ਬੇਸਿਕ ਜਿਹੜਾ ਮਕਸਦ ਹੈਗਾ ਉਹ ਅਵੇਅਰਨੈਸ ਦਾ ਹੈਗਾ, ਐਜੂਕੇਸ਼ਨ ਔਰ ਅਵੇਅਰਨੈਸ ਦਾ ਹੈਗਾ। ਉਹਦੇ ਲਈ ਅਸੀਂ ਜਿਹੜਾ ਹੈ 4 ਲੱਖ ਰੁਪਏ ਦਾ ਖਰਚਾ ਕਰਾਂਗੇ, ਜਿਹੜਾ ਕਿ ਸਾਡੀ ਕਮੇਟੀ ਨੇ ਅਪਰੂਵ ਕੀਤਾ ਹੈ।